ਪਹਿਲਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਆ ਬੋਲ ਸੁਣੋ। ਕੀ ਹੋਇਆ ਬਾਬਾ ਜੀ? ਬਾਬਾ ਜੀ ਦੇਖੋ, ਅਸੀਂ ਆਇਆ ਗਿਆ ਜਾਣੀ ਸੁਣਿਆ ਤੁਸੀਂ? ਇਹ ਮੁਲਾਜ਼ਮ ਕਹਿ ਰਿਹਾ ਕਿ ਚਾਹੇ ਉਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ SSP ਨਾਲ ਗੱਲ ਕਰਵਾ ਦਿਓ, ਉਸ ਨੂੰ ਕਿਸੇ ਦੀ ਪਰਵਾਹ ਨਹੀਂ। ਮਾਮਲਾ ਬਟਾਲਾ ਦਾ ਹੈ, ਜਿੱਥੇ ਇਹ ਜਨਾਬ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਸੜਕ 'ਤੇ ਵਰਦੀ ਪਾ ਕੇ ਸਰੇਆਮ ਘੁੰਮ ਰਹੇ ਨੇ। ਇਸ ਦੌਰਾਨ ਇਹ ਮੁਲਾਜ਼ਮ ਰਾਹਗੀਰਾਂ ਨਾਲ ਖੈਬੜਦਾ ਹੋਇਆ ਨਜ਼ਰ ਆਇਆ। ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ। ਜਦੋਂ ਵਿਅਕਤੀ ਪੁਲਿਸ ਵਾਲੇ ਤੋਂ ਸ਼ਰਾਬ ਪੀਣ ਬਾਰੇ ਸਵਾਲ ਕਰਦਾ ਤਾਂ ਅੱਗੋਂ ਇਹ ਜਵਾਬ ਦਿੰਦਾ ਕਿ ਮੈਂ ਆਪਣੇ ਪੈਸਿਆਂ ਦੀ ਸ਼ਰਾਬ ਪੀਤੀ ਹੈ। ਕੀ ਹੋਇਆ ਬਾਬਾ ਜੀ? ਬਾਬਾ ਜੀ ਦੇਖੋ, ਅਸੀਂ ਆਇਆ ਗਿਆ ਤੇਰੀ ਮੈਂ ਪੂਰੀ ਲੜ ਲੈ। ਕੌਣ ਕਹਿੰਦਾ? ਜਹਿਦਾਰ ਦੀ ਗੱਡੀ। ਕਿਹੜਾ ਜਹਿਦਾਰ ਦਾ? ਆਹ ਗੱਡੀ ਗਈ, ਹੁਣ ਨੰਗੀ ਭਜਾ ਕੇ ਲੈ ਕੇ ਮੈਂ ਕਿਹਾ ਦੱਸ। ਮੈਂ ਹੁਣ ਕਿਹਾ ਉਹ ਭਜਾ ਕੇ ਲੈ ਕੇ ਮੈਂ ਨਹੀਂ ਸ਼ਰਾਬ ਪੀਤੀ, ਮੈਂ ਲੈ ਕੇ ਬੋਲਾਂ ਕਿ ਵੀ ਆਪਣੀ ਪੀਤੀ ਆਪਣੇ ਘਰੋਂ ਲੈ ਕੇ ਆਪਣੀ ਪੀਤੀ। ਹਾਂ ਆਪਣੇ ਦੱਸੋ, ਮੇਰੇ ਕਰੋ ਗੱਲ ਅਸਲ ਕੇ ਪੀਤੀ ਤਾਂ ਰੋਜ਼ ਵੀ ਨਾ SSP ਕੰਮ ਕਰਾਵਾਂ। ਕਰਾਓ ਕਰਾਓ ਲੈ ਹੁਣ ਜੇ ਪਾਵਰ ਨਾਲ ਕਰਾਓ। ਪੰਜਾਬ ਪੁਲਿਸ, ਜਿਸ ਦੇ ਮੋਢਿਆਂ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਪੁਲਿਸ ਦੇ ਅਜਿਹੇ ਮੁਲਾਜ਼ਮ ਖੁਦ ਸੜਕ ਦੇ ਨਸ਼ੇ ਵਿੱਚ ਟੱਲੀ ਹੋ ਕੇ ਘੁੰਮ ਰਹੇ ਨੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਪ੍ਰਤੀ ਕਿੰਨੀ ਕੁ ਗੰਭੀਰ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਗਲੋਬਲ ਪੰਜਾਬ TV।